ਅੱਜ ਰਾਤ ਇੱਕ ਵੀਡੀਓ ਪਾਈ ਸੀਗੀ, ਉਹ ਵੀਡੀਓ ਦੇ ਆਧਾਰ 'ਤੇ ਅਸੀਂ ਇਹ ਕਿਹਾ ਸੀਗਾ ਵੀ ਕੱਲ੍ਹ ਟੋਲ ਪਲਾਜ਼ੇ ਕੋਲ ਇਕੱਠੇ ਹੋ, ਕਿਉਂਕਿ ਕਿਤੇ ਪ੍ਰਸ਼ਾਸਨ ਦੀ ਕੱਲ੍ਹ ਮੀਟਿੰਗ ਜਿਹੜੀ NHA ਨਾਲ ਹੋਈ ਸੀ, ਔਰ ਸਾਨੂੰ ਜਦੋਂ ਪਤਾ ਲੱਗਿਆ ਕਿ ਟੋਲ ਚੱਲਣ ਲੱਗਾ ਵੀ ਸਾਨੂੰ ਵਿਸ਼ਵਾਸ 'ਚ ਨਹੀਂ ਲਿਆ ਗਿਆ ਵੀ ਆਪਾਂ ਉੱਥੇ ਆਪਣੀ ਗੱਲ ਰੱਖਾਂਗੇ ਇਕੱਠੇ ਹੋ ਕੇ, ਵੀ ਜਦੋਂ ਸਾਨੂੰ ਵਿਸ਼ਵਾਸ 'ਚ ਨਹੀਂ ਲਿਆ ਗਿਆ ਟੋਲ, ਘੱਟੋ ਘੱਟ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਤਾਂ ਮੁੱਖ ਰੱਖਦੇ, ਹਾਈ ਕੋਰਟ ਦੇ ਆਰਡਰ ਜ਼ਰੂਰ ਹੋਏ ਨੇ ਇਹ 'ਚ ਕੋਈ ਦੋ ਰਾਇ ਨਹੀਂ ਹੈਗੀਆਂ। ਹਾਈ ਕੋਰਟ ਦੇ ਆਰਡਰਾਂ 'ਤੇ ਜਦੋਂ ਬਹਿਸ ਹੋਈ ਆ ਤਾਂ ਜਿਹੜਾ ਸਰਕਾਰੀ ਵਕੀਲ ਸੀਗਾ ਪੰਜਾਬ ਸਰਕਾਰ ਦਾ, ਉਹਨੇ ਬਹੁਤ ਲੰਬੀ ਬਹਿਸ ਕੀਤੀ, ਅੱਧਾ ਘੰਟਾ ਸਾਡੇ ਸਾਰੇ ਪੁਆਇੰਟ ਜਿਹੜੇ ਉਹ ਉਹਨੇ ਉੱਥੇ ਉਠਾਏ ਨੇ, ਪਰ ਜੱਜ ਸਾਹਿਬ ਨੇ ਉਹਨਾਂ 'ਤੇ ਗੌਰ ਨਾ ਕਰਕੇ ਇੱਕ ਤਰਫਾ ਫੈਸਲਾ ਦਿੱਤਾ, ਕਾਰਪੋਰੇਟ ਦੇ ਹੱਕ 'ਚ ਫੈਸਲਾ ਦਿੱਤਾ, ਪਬਲਿਕ ਦੇ ਹੱਕ 'ਚ ਕੋਈ ਫੈਸਲਾ ਨਹੀਂ ਆਇਆ। ਚਲੋ ਅੱਜ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਵੀ ਮਜਬੂਰੀ ਆ, ਸਾਰੇ ਪੁਲਿਸ ਦੀ ਵੀ ਮਜਬੂਰੀ ਆ ਹਾਈਕੋਰਟ ਦਾ ਡੰਡਾ ਉੱਪਰੋਂ, ਅਤੇ ਉਹਦੇ ਮਾਪ ਜਦੋਂ ਸਵੇਰੇ ਅਸੀਂ ਜਾ ਕੇ ਖੜ੍ਹੇ ਹਾਂ ਤਾਂ ਉੱਥੇ ਅਜੇ ਅਸੀਂ ਆਪਣਾ ਵਿਚਾਰ ਵਟਾਂਦਰਾ ਕਰਨਾ ਸੀਗਾ, ਉਸ ਤੋਂ ਪਹਿਲਾਂ ਹੀ ਸਾਨੂੰ ਮੈਂ ਕਿਹਾ ਵੀ ਆ ਵੀ ਮੈਂ ਹੀ ਇੱਥੇ ਆਪਣੇ ਵਿਚਾਰਾਂ ਲਈ ਇਕੱਠੇ ਹੋਏ ਹਾਂ, ਕੋਈ ਧੱਕੇ ਲਈ ਨਹੀਂ ਹੋਏ, ਸਾਨੂੰ ਗੱਲ 'ਤੇ ਕਰਨ ਦਿਓ, ਪਰ ਉੱਥੋਂ ਲੈ ਆਏ ਮੈਨੂੰ ਨਾਲ। ਤੁਹਾਡੇ ਆਗੂ ਹੈਗੇ ਨੇ, ਤੁਹਾਡੇ ਹੋਰ ਸਾਥੀ ਹੈਗੇ ਨੇ, ਉਹਨਾਂ ਦਾ ਕਹਿਣਾ ਕਿ ਤੁਹਾਨੂੰ ਹਿਰਾਸਤ 'ਚ ਲਿੱਤਾ ਗਿਆ ਸੀਗਾ। ਚਲੋ ਹਿਰਾਸਤ ਸਮਝ ਲਓ ਜਾਂ ਹੁਣ ਸਾਡੀ ਮੀਟਿੰਗ ਹੋਈ ਹੈ, ਲਿਆ ਹਿਰਾਸਤ 'ਚ ਲਿਆ ਸੀਗਾ, ਉੱਥੋਂ ਸਾਨੂੰ ਲੈ ਕੇ ਆਉਂਦਾ। ਮੈਂ ਬੜੀ ਵਾਰ ਕਹਿੰਦਾ ਰਿਹਾ ਵੀ ਨਹੀਂ ਅਸੀਂ ਮੀਟਿੰਗ, ਸਾਨੂੰ ਮੀਟਿੰਗ ਕਰਨ ਦਿਓ, ਅਸੀਂ ਮੀਟਿੰਗ ਲਈ ਸਾਰੇ ਸੱਦੇ ਆ, ਪਰ ਉੱਥੋਂ ਧੱਕੇ ਨਾਲ ਜਿਹੜਾ ਉੱਥੋਂ ਚੱਕ ਕੇ ਕੱਢੀ। ਜਿਵੇਂ ਸਰ ਤੁਸੀਂ ਕਿਹਾ ਸੀਗਾ ਕਿ ਤੁਸੀਂ ਉਦੋਂ ਤੱਕ ਪ੍ਰੋਟੈਸਟ ਕਰੋਗੇ ਜਦੋਂ ਤੱਕ ਰੇਟ ਜਿਹੜੇ ਕੱਟਣਗੇ ਨਹੀਂ, ਅੱਗੇ ਕੀ ਹੁਣ ਤੁਹਾਡੇ ਸਟੈਪ ਰਹਿਣਗੇ? ਦੇਖੋ ਜੀ, ਪ੍ਰੋਟੈਸਟ ਸਾਡਾ ਬੰਦ ਨਹੀਂ ਹੋਇਆ, ਪ੍ਰੋਟੈਸਟ ਅਸੀਂ ਕਰਦੇ ਰਹਾਂਗੇ, ਪਰ ਗੱਲ ਇਹ ਆ ਵੀ ਹੁਣ ਇਹਦਾ ਜਿਹੜਾ ਰੁੱਖ ਆ ਉਹ ਬਦਲਣਾ ਪਊਗਾ, ਕਿਉਂਕਿ ਅਸੀਂ ਹਾਈਕੋਰਟ ਦੇ ਵਿੱਚ ਰਿਟ ਦਾਇਰ ਕਰ ਰਹੇ ਹਾਂ, ਔਰ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਨਾਲ ਅਤੇ ਗਡਕਰੀ ਸਾਹਿਬ ਨਾਲ ਮੀਟਿੰਗ ਕਰਕੇ ਇਹ ਟੋਲ ਦਾ ਤਾਂ ਹੱਲ ਅਸੀਂ ਕਰਾ ਕੇ ਛੱਡਾਂਗੇ। ਆਸਾਨ ਸ਼ਬਦਾਂ 'ਚ ਕਹਿੰਦੇ ਕਿ ਕਾਨੂੰਨੀ ਲੜਾਈ ਲੜੂਗੇ, ਕਾਨੂੰਨੀ ਜਦੋਂ ਹਾਈਕੋਰਟ ਨੇ ਆਰਡਰ ਹੀ ਸਾਡੇ ਖਿਲਾਫ਼ ਕਰ ਦਿੱਤੇ, ਉੱਥੇ ਹੁਣ ਥੱਲੇ ਪ੍ਰਸ਼ਾਸਨ ਨੇ ਡੇਢ ਮਹੀਨਾ ਸਾਥ ਦਿੱਤਾ, ਹੁਣ ਹਾਈਕੋਰਟ ਨੇ ਆਰਡਰ ਸਾਡੇ ਖਿਲਾਫ਼ ਕਰਤੇ ਸਾਰਿਆਂ ਦੇ, ਤਾਂ ਅਸੀਂ ਉੱਥੇ ਕੀ ਕਰ ਸਕਦੇ ਹਾਂ? ਜੀ ਹਾਈਕੋਰਟ ਤੋਂ ਵੱਡਾ ਤਾਂ ਕੋਈ ਨਹੀਂ ਹੈਗਾ, ਪਰ ਕਿਤੇ ਨਾ ਕਿਤੇ ਅਸੀਂ ਫਿਰ ਵੀ ਇਸ ਚੀਜ਼ ਦੇ ਵਿੱਚ ਸੀਗੇ ਵੀ ਜੇ ਅਗਰ ਇਹ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਵਧੀਆ ਗੱਲ ਸੀ, ਕਿਉਂਕਿ ਜਨਤਾ 'ਤੇ ਬਹੁਤ ਤਕੜਾ ਬੋਝ ਆ, ਜਨਤਾ ਦੀ ਬੜੀ ਤਕੜੀ ਲੁੱਟ ਹੋ ਰਹੀ ਇੱਥੇ, ਔਰ ਜਿਹੜਾ ਧੱਕਾ ਜਿਹੜਾ ਹੋ ਰਿਹਾ ਵਾ ਉਹ ਰੋਕਿਆ ਜਾਂਦਾ ਤਾਂ ਵਧੀਆ ਗੱਲ ਸੀ। ਹੁਣ ਅਗਲੀ ਰਣਨੀਤੀ ਕੀ ਰਹੂਗੀ? ਅਗਲੀ ਰਣਨੀਤੀ ਤੁਹਾਨੂੰ ਦੱਸਿਆ ਵੀ ਅਸੀਂ ਇਹਦੀ ਇੱਕ ਤਾਂ ਰਿਟ ਦਾਇਰ ਕਰ ਰਹੇ ਹਾਂ, ਕੱਲ੍ਹ ਨੂੰ ਜਾਂ ਪਰਸੋਂ ਰਿਟ ਦਾਇਰ ਹੋ ਜਾਣੀ ਹੈ ਸਾਡੀ, ਦੂਜੇ ਬੰਨੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ, ਗਡਕਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ, ਕਿਉਂਕਿ ਉਹਨਾਂ ਦੇ ਬਿਆਨ ਆ ਜਿਹੜੇ ਆ ਰਹੇ ਨੇ ਵੀ ਜਿਹੜਾ ਟੋਲ ਪਲਾਜ਼ਾ 60 ਕਿਲੋਮੀਟਰ 'ਤੇ, ਸਾਡੀ ਵੀ ਇਹੀ ਮੰਗ ਸੀ ਵੀ ਇੱਕ ਟੋਲ ਪਲਾਜ਼ਾ ਦਰਾਹੇ ਕੋਲ ਲੱਗ ਜੇ ਤਾਂ ਸਾਡਾ ਜਿਹੜਾ ਬੋਝ ਆ ਉਹ ਘੱਟ ਜੂਗਾ, ਅੱਧੋ ਅੱਧ ਰਹਿ ਜੂਗਾ। ਇਹ ਜਿਹੜਾ ਹੁਣ ਇੱਥੇ 440-220 ਇਹ ਇੰਨੇ ਰੁਪਈਏ ਜਿਹੜੇ ਇਕੱਠੇ ਲੈ ਜਾ ਰਹੇ ਨੇ, ਇਹ ਸਾਡੇ ਨਾਲ ਧੱਕਾ ਹੋ ਰਿਹਾ ਵਾ। ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਚਾਲੂ ਕੀਤਾ, ਉਸ ਦੇ ਰਿਗਾਰਡਿੰਗ ਸਾਡੀ ਕਿਸਾਨ ਜਥੇਬੰਦੀਆਂ ਦੇ ਦਿਲਬਾਗ ਸਿੰਘ ਗਿੱਲ ਅਤੇ ਸਾਰੇ ਜਿਹੜੇ ਇੰਦਰਵੀਰ ਹੋਰ ਅਤੇ ਪ੍ਰਧਾਨ ਜੀ ਪਟਿਆਲੇ ਤੋਂ ਸਾਰੇ ਸਟੇਟ ਦੇ ਆਗੂ ਆਏ ਹਾਂ, ਇਹਨਾਂ ਨਾਲ ਇਸ ਰਿਗਾਰਡਿੰਗ ਮੀਟਿੰਗ ਕੀਤੀ ਗਈ। ਮੀਟਿੰਗ ਕਰਨ ਤੋਂ ਬਾਅਦ ਮਾਣਯੋਗ ਹਾਈਕੋਰਟ ਦੇ ਆਰਡਰਾਂ ਬਾਰੇ ਜਾਣੂ ਕਰਵਾਇਆ ਗਿਆ, ਅਤੇ ਜਿਹੜਾ ਕਿਸਾਨ ਯੂਨੀਅਨ ਦੇ ਜਥੇਬੰਦੀ ਨੇ ਵੀ ਸਾਰਿਆਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਹਾਂ, ਇਹਦੀ ਅਸੀਂ ਕੋਰਟ 'ਚ ਚਾਰਾਜੋਈ ਕਰਾਂਗੇ, ਅਤੇ ਅਸੀਂ ਕਿਸੇ ਤਰ੍ਹਾਂ ਦਾ ਸਾਡੀ ਮੀਟਿੰਗ ਜ਼ਰੂਰ ਅਸੀਂ ਕੀਤੀ ਆ, ਪਰ ਅਸੀਂ ਕਿਸੇ ਤਰ੍ਹਾਂ ਨਾਲ ਫਿਜ਼ੀਕਲੀ ਉੱਥੇ ਰੋਕਣਾ ਜਾਂ ਬੰਦ ਕਰਨਾ ਉਹ ਸਾਡਾ ਕੋਈ ਮਨਸ਼ਾ ਨਹੀਂ, ਅਸੀਂ ਕੋਰਟ ਨੂੰ ਮੰਨਦੇ ਹਾਂ, ਅਤੇ ਇਸ ਗੱਲ ਦੀ ਸਹਿਮਤੀ ਦੇ ਨਾਲ ਜਿਹੜਾ ਅਸੀਂ ਮੀਟਿੰਗ ਹੁਣ ਫਾਰਕ ਹੋਈ। ਸਰ ਉਹਨਾਂ ਨੂੰ ਮੌਕੇ ਤੋਂ ਲੈ ਕੇ ਆਉਂਦਾ ਗਿਆ ਸੀਗਾ, ਮੀਟਿੰਗ ਵਾਸਤੇ ਲਿਆਂਦਾ ਗਿਆ ਸੀ ਜਾਂ ਫਿਰ ਉਹਨਾਂ ਨੂੰ ਹਿਰਾਸਤ 'ਚ ਲਿੱਤਾ ਗਿਆ? ਦੇਖੋ, ਇਹ ਟੋਲ ਪਲਾਜ਼ਾ ਜਿਹੜਾ ਉੱਥੇ ਨਹੀਂ ਸੀ ਆਏ, ਇਹ ਉਹਦੇ ਸਾਈਡ 'ਤੇ ਜਿਹੜਾ ਫਲਾਈਓਵਰ ਹੈ ਉੱਥੇ ਇਹਨਾਂ ਨੇ ਆਪਣਾ ਇੱਕ ਮੈਂਬਰ ਸਾਹਿਬਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਸੀ, ਉੱਥੋਂ ਇਸ ਮਤਲਬ ਸਾਨੂੰ ਇਹ ਸੀ ਮੇ ਬੀ ਇਹ ਉੱਥੇ ਟੋਲ ਪਲਾਜ਼ਾ ਜਿਹੜਾ ਰੋਕਣਾ ਚਾਹੁੰਦੇ ਹਾਂ, ਬਟ ਉੱਥੋਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਆਓ ਆਪਾਂ ਇੱਕ ਬੈਠ ਕੇ ਮੀਟਿੰਗ ਕਰ ਲਈਏ, ਤਾਂ ਇਹਨਾਂ ਨੂੰ ਅਸੀਂ ਲੈ ਕੇ ਆਉਂਦਾ ਸੀ, ਬਟ ਸਾਡੀ ਮੀਟਿੰਗ ਜਦੋਂ ਆਪਸ 'ਚ ਹੋਈ ਤਾਂ ਉੱਥੋਂ ਕਾਫੀ ਗੱਲਾਂ ਦੀ ਕਲੈਰਿਟੀ ਹੋ ਗਈ ਵੀ ਜਿਹੜਾ ਮਾਣਯੋਗ ਕੋਰਟ ਦੇ ਜੋ ਹਾਈਕੋਰਟ ਦੇ ਆਰਡਰ ਹੈ
ਉਹਦੀ ਅਸੀਂ ਸਾਰੇ ਪਾਲਣਾ ਕਰਾਂਗੇ, ਉਹ ਸਾਡਾ ਬਣਦਾ ਵੀ ਹੈ। ਅਤੇ ਬਾਕੀ ਜੇ ਉਹਦੇ ਵਿੱਚ ਕੋਈ ਅਸੀਂ ਚਾਰਾਜੋਈ ਕਰਨੀ ਹੈ, ਅਸੀਂ ਮਾਣਯੋਗ ਕੋਰਟ 'ਚ ਕਰਾਂਗੇ, ਜਾਂ ਕੋਈ ਉਹ ਤੋਂ ਉਤਲੀ ਕੋਰਟ 'ਚ ਜੇ ਸਾਨੂੰ ਹੋਊਗਾ ਤਾਂ ਅਸੀਂ ਉੱਥੇ ਇਹਦੀ ਰਿਲੀਫ ਲੈਣ ਦੀ ਕੋਸ਼ਿਸ਼। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਤੁਸੀਂ ਮੀਟਿੰਗ ਵਾਸਤੇ ਉਹਨਾਂ ਨੂੰ ਲੈ ਕੇ ਆਉਂਦੇ, ਹਿਰਾਸਤ ਵਾਸਤੇ ਨਹੀਂ? ਹਿਰਾਸਤ ਨਹੀਂ, ਉੱਥੇ ਜਦੋਂ ਇਕੱਠੇ ਹੋਏ ਤਾਂ ਸਾਰਿਆਂ ਨੂੰ ਇਹ ਕਿਹਾ ਗਿਆ ਵੀ ਆਓ ਆਪਾਂ ਇਸ ਬਾਰੇ ਮੁੱਦੇ ਬਾਰੇ ਵਿਚਾਰ ਲਈਏ। ਹਿਰਾਸਤ 'ਚ ਨਹੀਂ, ਇਹ ਅਸੀਂ ਵਿਚਾਰਨ ਲਈ ਕੀਤਾ ਸੀ ਅਤੇ ਅਸੀਂ ਉਹਨਾਂ ਨੂੰ ਵਿਚਾਰ ਲਿਆ, ਔਰ ਸਾਡੀ ਆਪਸ 'ਚ ਜਥੇਬੰਦੀ ਨਾਲ ਅਤੇ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਨਹੀਂ, ਔਰ ਸਹਿਮਤੀ ਹੈ ਟੋਲ ਜਿਹੜਾ ਬਿਨਾਂ ਕਿਸੇ ਉਹ ਤੋਂ ਕੰਟੀਨਿਊਸਲੀ ਚੱਲ ਰਿਹਾ। ਲਾਅ ਐਂਡ ਆਰਡਰ ਬਿਲਕੁਲ ਠੀਕ।